10 ਸਾਲ ਮੈਰਿਜ ਹੋਏ ਨੇ, ਸਾਨੂੰ ਉਹ ਕੁੜੀ ਨੇ ਇੰਨਾ ਤੜਫਾਤਾ ਸੀ, ਪਤਾ ਨਹੀਂ ਡਿਪਰੈਸ਼ਨ 'ਚ ਰਹਿੰਦੀ ਸੀ, ਉਹਨਾਂ ਮਾਂ ਬਾਪ ਨੇ ਸਾਡੇ ਕੋਲ ਲੁਕੋਇਆ ਵੀ ਸਾਡੀ ਕੁੜੀ ਦੱਸਿਆ ਕੁਛ ਨਹੀਂ, ਪਤਾ ਨਹੀਂ ਉਹਦਾ ਦਿਮਾਗੀ ਅਪਸੈਟ ਸੀ, ਇਹਦਾ ਡਾਈਵੋਰਸ ਵੀ ਅਸੀਂ ਕੋਰਸ ਪਾਇਆ। ਹੁਣ 5 ਮਹੀਨੇ ਹੋ ਗਏ ਇਹ ਗੋਲਡ ਚੱਕ ਕੇ, ਸੋਨਾ ਚੱਕ ਕੇ, ਔਰ ਪੈਸੇ ਚੱਕ ਕੇ, ਆਪਣੇ ਕੱਪੜੇ ਚੱਕ ਕੇ, ਪੜ੍ਹਾਈ ਦੇ ਸਰਟੀਫਿਕੇਟ ਚੱਕ ਕੇ ਆਪਣੇ ਪੇਕੇ 5 ਮਹੀਨੇ ਤੋਂ ਬੈਠੀ ਹੈ। ਮਾਨਯੋਗ ਕੋਰਟ ਦੇ ਆਰਡਰ ਵੀ ਹੋਏ ਨੇ ਵੀ ਉੱਥੇ ਜਦ ਤੱਕ ਅਗਲੇ ਹੁਕਮ ਨਹੀਂ ਆਉਂਦੇ ਆ ਨਹੀਂ ਸਕਦੀ। 5 ਮਹੀਨੇ ਹੋ ਗਏ ਹੁਣ, 5 ਮਹੀਨੇ ਜਿਹੜੇ ਵਾਕਾ ਹੋਇਆ ਸਰ, ਇਹ ਜ਼ਿੰਮੇਵਾਰ ਨੇ, ਇਹਨਾਂ ਨੇ ਕੋਈ ਕੀ ਕੀਤਾ ਕੀ ਨਹੀਂ ਕੀਤਾ ਭਗਵਾਨ ਜਾਣਦੇ, ਜਦ ਇਹਨਾਂ ਦੀ ਕਸਟਡੀ 'ਚ ਹੈ ਇਹ ਜ਼ਿੰਮੇਵਾਰ ਨੇ। ਹੱਥ ਕੜੀਆਂ ਦੇ ਵਿੱਚ ਜਕੜੇ ਸੱਸ, ਸਹੁਰਾ ਤੇ ਪਤੀ, ਇਹਨਾਂ ਦੀ ਨੂੰਹ ਦੇ ਵੱਲੋਂ ਦੁਖੀ ਹੋ ਕੇ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਪਿਛਲੇ 5 ਮਹੀਨਿਆਂ ਤੋਂ ਆਪਣੇ ਪੇਕੇ ਘਰ ਸਮਾਣਾ ਰਹਿ ਰਹੀ ਸੀ ਔਰ ਨਾਭੇ 10 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ, ਤਾਂ ਸਹੁਰਿਆਂ ਤੋਂ ਦੁਖੀ ਹੋ ਕੇ ਲੜਕੀ ਦੇ ਵੱਲੋਂ ਭਾਖੜਾ ਦੇ ਵਿੱਚ ਛਾਲ ਮਾਰੀ ਗਈ ਔਰ ਦੂਜੇ ਬੰਨੇ ਸਹੁਰੇ ਪਰਿਵਾਰ ਦੇ ਵੱਲੋਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ। ਇਹਨਾਂ ਨੇ ਕਿਹਾ ਕਿ ਇਹਨਾਂ ਦੀ ਨੂੰਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਸੀ, ਧਮਕੀਆਂ ਦਿੰਦੀ ਸੀ, ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ, ਪਰ 5 ਮਹੀਨਿਆਂ ਤੋਂ ਪੇਕੇ ਘਰ ਰਹਿ ਰਹੀ ਸੀ। ਅਜਿਹਾ ਕੀ ਹੋਇਆ ਕਿ ਉਸਨੇ ਭਾਖੜਾ ਦੇ ਵਿੱਚ ਛਾਲ ਮਾਰ ਦਿੱਤੀ? ਹੱਥ ਕੜੀਆਂ ਦੇ ਵਿੱਚ ਜਕੜੇ ਹੋਏ ਇਹਨਾਂ ਸਹੁਰੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ। ਸਰ, ਮੈਂ ਗੌਰਮੈਂਟ ਇੰਪਲਾਈਜ਼ ਰਿਹਾ, ਬੜੇ ਸਾਫ਼ ਸੁਥਰੀ 42 ਸਾਲ ਮੈਂ ਜੋਬ ਕੀਤੀ ਹੈ ਕੋਰਟ, ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ। ਸਰ, 10 ਸਾਲ ਮੈਰਿਜ ਨੂੰ ਹੋਏ ਨੇ, ਸਾਨੂੰ ਉਹ ਕੁੜੀ ਨੇ ਇੰਨਾ ਤੜਫਾਤਾ ਸੀ, ਪਤਾ ਨਹੀਂ ਡਿਪਰੈਸ਼ਨ 'ਚ ਰਹਿੰਦੀ ਸੀ, ਉਹਨੇ ਮਾਂ ਬਾਪ ਨੇ ਸਾਡੇ ਕੋਲ ਲੁਕੋਇਆ ਵੀ ਸਾਡੀ ਕੁੜੀ ਦੱਸਿਆ ਕੁਛ ਨਹੀਂ, ਰਾਤ ਦਿਨ ਉਹਦਾ ਕਲੇਸ਼ ਰਹਿੰਦਾ ਸੀ। ਕਲੇਸ਼ ਤੋਂ ਬਾਅਦ ਅਸੀਂ ਪੁੱਛਿਆ ਫਿਰ ਅਸੀਂ, ਸਰ ਪਤਾ ਨਹੀਂ ਉਹਦਾ ਦਿਮਾਗੀ ਅਪਸੈਟ ਸੀ ਜਾਂ ਰਾਤ ਦਿਨ ਉਹਦੇ ਜਿਹੜੀ ਇੰਟਰਫੇਰੀਅਨ ਹੈ ਮਾਂ ਬਾਪ ਦਾ ਸੀ, ਉਹ ਜਦੋਂ ਸਾਨੂੰ ਧਮਕੀਆਂ ਦਿੰਦੇ ਸੀ ਅਸੀਂ ਇੰਨਾ ਡਰ ਜਾਂਦੇ ਸੀ, ਅਸੀਂ ਬੇਵੱਸ ਹੋ ਕੇ ਮਾਨਯੋਗ ਕੋਰਟ ਦਾ ਦਰਵਾਜ਼ਾ ਖੜਕਾਇਆ। ਇੱਕ ਕਿਆ ਕਹਿੰਦੇ ਤੁਹਾਨੂੰ ਪਰਿਵਾਰ, ਮੇਰੀ ਬੇਨਤੀ ਸੁਣੋ, ਕੋਰਟ ਦੇ ਵਿੱਚ ਅਸੀਂ ਦਰਵਾਜ਼ਾ ਖੜਕਾਇਆ ਆਪਣੀ ਸੇਫਟੀ ਖਾਤਰ ਵੀ, ਕੱਲ੍ਹ ਨੂੰ ਇਹ ਮਰ ਗਏ ਸਾਡਾ ਤਾਂ ਪਰਿਵਾਰ ਰੁੱਲ ਜਾਏਗਾ। ਸੈਕਿੰਡ, ਇਹਦਾ ਡਾਈਵੋਰਸ ਦਾ ਵੀ ਅਸੀਂ ਕੋਰਸ ਪਾਇਆ ਜੀ। ਹੁਣ 5 ਮਹੀਨੇ ਹੋ ਗਏ ਇਹ ਗੋਲਡ ਚੱਕ ਕੇ, ਸੋਨਾ ਚੱਕ ਕੇ, ਔਰ ਪੈਸੇ ਚੱਕ ਕੇ, ਆਪਣੇ ਕੱਪੜੇ ਚੱਕ ਕੇ, ਪੜ੍ਹਾਈ ਦੇ ਸਰਟੀਫਿਕੇਟ ਚੱਕ ਕੇ ਆਪਣੇ ਪੇਕੇ 5 ਮਹੀਨੇ ਤੋਂ ਬੈਠੀ ਹੈ ਜੀ। ਮਾਨਯੋਗ ਕੋਰਟ ਦੇ ਆਰਡਰ ਵੀ ਹੋਏ ਨੇ ਵੀ ਉੱਥੇ ਜਦ ਤੱਕ ਅਗਲੇ ਹੁਕਮ ਨਹੀਂ ਆਉਂਦੇ ਆ ਨਹੀਂ ਸਕਦੀ। 5 ਮਹੀਨੇ ਹੋ ਗਏ ਜੀ ਹੁਣ, 5 ਮਹੀਨੇ ਜਿਹੜੇ ਵਾਕਾ ਹੋਇਆ ਸਰ, ਇਹ ਜ਼ਿੰਮੇਵਾਰ ਨੇ, ਇਹਨਾਂ ਨੇ ਕੋਈ ਕੀ ਕੀਤਾ ਕੀ ਨਹੀਂ ਕੀਤਾ ਭਗਵਾਨ ਜਾਣਦੇ, ਜਦ ਇਹਨਾਂ ਦੀ ਕਸਟਡੀ 'ਚ ਹੈ ਇਹ ਜ਼ਿੰਮੇਵਾਰ ਨੇ। ਅੱਛਾ, ਇਹ ਗੱਲ ਹੋਰ, ਸਰ ਡਿਫਾਲਟਰ ਪੀਸ ਨੇ ਇਹਨਾਂ ਦੀ, ਇਹਦਾ ਵੱਡਾ ਜਮਾਈ ਹੈ, ਉਹਨਾਂ ਨਾਲ ਵੀ ਇਹੀ ਹਾਲ ਹੋਇਆ ਜੀ, ਉਹਨਾਂ ਨੂੰ ਬੁਲਾ ਕੇ ਪੁੱਛ ਸਕਦੇ ਹੋ। ਇਹਦੇ ਮੁੰਡੇ ਦਾ ਵੀ ਡਾਈਵੋਰਸ ਦਾ ਕੋਰਸ ਹੈ, ਮੈਂ ਜਿਹੜੇ ਮਾਨਯੋਗ ਕੋਰਟ ਦੇ ਵਿੱਚ ਮੇਰਾ ਕੇਸ ਚੱਲ ਰਿਹਾ ਉਹਦੇ ਨਾਲ ਮੈਂ ਕਾਗਜ਼ ਲਏ ਨੇ। ਸਾਨੂੰ ਤਾਂ ਸਰ ਵੈਸੇ ਫਸਾਇਆ ਜਾ ਰਿਹਾ, ਇਹ ਵਾਰ ਵਾਰ ਕਹਿੰਦੇ ਸੀ ਵੀ ਕੁੜੀ ਵਾਲਿਆਂ ਦੀ ਸਾਡੀ ਸੁਣਵਾਈ ਹੈ, ਸਾਡੀ ਸੁਣਵਾਈ ਹੈ, ਸਰ ਉਹ ਮਾਲਿਕ ਜਾਣਦਾ। ਸਰ ਬਿਲਕੁਲ ਝੂਠੇ ਤੋਰ ਚਲਾਏ ਨੇ ਮੇਰੇ ਤੇ, ਔਰ 10 ਸਾਲ ਸਾਡੀ ਮੈਰਿਜ ਨੂੰ ਹੋ ਗਈ, 10 ਵਾਰ ਸਾਡੇ ਸਮਝੌਤੇ ਹੋ ਚੁੱਕੇ, ਅਸੀਂ ਅਲੱਗ ਸੈਪਰੇਟ ਤੋਂ ਰਹਿ ਰਹੇ ਸੀਗੇ, ਇਹਨਾਂ ਦੀ ਪਰਿਵਾਰ ਦੀ ਇੰਟਰਫੇਅਰ ਰਹੀ ਹੈ, ਹੋਰ ਮੈਨੂੰ ਮਰਮ ਮਰਾਂ ਦੀਆਂ ਧਮਕੀਆਂ ਦਿੰਦੀ ਰਹੀ ਹੈ, ਮੈਂ ਉਹਨੂੰ ਵਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸਰ। 100% ਕਿੰਨੇ ਟਾਈਮ ਤੋਂ ਪਿੱਕੇ ਆਈ ਸੀ ਆਪਣੇ ਘਰ? ਇਹ ਸਰ 5 ਮਹੀਨੇ ਹੋ ਗਏ। 5 ਮਹੀਨੇ? ਹਾਂਜੀ ਸਰ। ਆਪ ਲੈ ਕੇ ਆਏ ਸੀ ਕਿ ਆਪਣੀ ਮਰਜ਼ੀ? ਨਹੀਂ, ਆਪਣੀ ਮਰਜ਼ੀ ਤੇ ਆਈ, ਆਪਣੇ ਬ੍ਰਦਰ ਦੇ ਕਹਿਣ ਤੇ ਆਈ ਹੈ ਸਰ। ਸਰ ਕੱਲ੍ਹ ਸਾਨੂੰ ਜਿਹੜੀ ਲੜਕੀ ਸਿੰਪੀ ਰਾਣੀ ਦੀ ਡੈਡ ਬੋਡੀ ਮਿਲੀ ਸੀ ਭਾਖੜਾ ਨਹਿਰ ਤੋਂ, ਉਸ ਸੰਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ ਜੀ, ਅਤੇ ਅੱਜ ਉਹਦਾ ਪੋਸਟਮਾਰਟਮ ਕਰਾ ਕੇ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਗਈ ਆ, ਅਤੇ ਇਹਦੇ ਜਿਹੜਾ ਇਹ ਇਹਨਾਂ ਦੇ ਪਿਤਾ ਭੀਮ ਸੈਨ ਦੇ ਬਿਆਨ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਕਿਸ ਧਾਰਾ ਦੇ ਤਹਿਤ? ਇਹ ਧਾਰਾ 300 CIPC ਆ। ਅਤੇ ਕਿਹੜੇ ਕਿਹੜੇ ਬੰਦੇ ਗ੍ਰਿਫਤਾਰ ਹੋਏ ਇਹਦੇ ਵਿੱਚ? ਇਹਦੇ ਵਿੱਚ ਸਰ 3 ਬੰਦੇ ਸੀ, ਇੱਕ ਇਹਦਾ ਪਤੀ ਸੀ ਸਮਿਤ ਕੁਮਾਰ, ਅਤੇ ਇੱਕ ਸੁਭਾਸ਼ ਚੰਦਰ ਦਾ ਸਹੁਰਾ ਸੀ, ਅਤੇ ਇੱਕ ਊਸ਼ਾ ਰਾਣੀ ਇਹਨਾਂ ਦੀ ਸੱਸ ਸੀ। ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕੀਤਾ। ਰਿਮਾਂਡ ਦੀ ਮੰਗ ਤਾਂ ਨਹੀਂ ਕਰਨੀ? ਰਿਮਾਂਡ ਦੀ ਤੋਂ ਕੁਝ ਕੋਈ ਪ੍ਰੋਬਲਮ